ਕਲੀ ਸੈਂਟਰ ਦੀ ਜਹਾਂ ਬੰਦਾ ਕਾਂਗਰਸ ਲਈ ਉਹ ਜ਼ਿੰਮੇਵਾਰ ਹੈ ਇੱਥੇ ਜ਼ਿੰਮੇਵਾਰ ਤੁਹਾਨੂੰ ਬਾਦਲ ਵੀ ਬਰਾਬਰ ਜ਼ਿੰਮੇਵਾਰ ਹੋ ਕਾਂਗਰਸ ਵੀ ਬਰਾਬਰ ਜ਼ਿੰਮੇਵਾਰ ਕੋਈ ਡਾਂਗਾ ਨਾ ਚਲਾਓ ਕੋਈ ਡਲੇ ਨਾ ਚਲਾਓ ਇਹਨਾਂ ਨੂੰ ਖੜਾ ਕੇ ਸਵਾਲ ਕਰੋ ਜਵਾਬ ਮੰਗੋ ਕਿ ਤੁਸੀਂ ਇੰਨਾ ਚਿਰ ਪੰਜਾਬ ਦੀ ਸੱਤਾ ਦਾ ਸੁੱਖ ਮਾਣਿਆ ਤੁਸੀਂ ਦੱਸੋ ਪੰਜਾਬ ਇੰਨਾ ਹਾਲਾਤਾਂ ਨੂੰ ਕਿਉਂ ਪਹੁੰਚ ਗਿਆ ਸਾਡੇ ਵਿਰਸੇ ਦੇ ਵਿੱਚੋਂ ਸਾਨੂੰ ਇੱਕੋ ਹੀ ਗੁਰਤੀ ਮਿਲੀ ਹੈ ਕਿ ਜਦੋਂ ਕਦੇ ਗੱਲ ਹੱਕਾਂ ਦੀ ਆਊਗੀ ਤਾਂ ਹੱਕਾਂ ਦਾ ਕੇ ਦੇਖਾਂਗੇ ਕਿਵੇਂ ਪੰਜਾਂ ਛਿਆਂ ਦਿਨਾਂ ਦੇ ਵਿੱਚ ਉਹਦੀ ਖੱਟਰ ਸਰਕਾਰ ਪਛਾਣ ਹੰਦੀ ਹੈ ਜਿਹੜੀ ਕਦੇ ਕਹਿੰਦੀ ਸੀ ਕਿ ਪੱਕਾ ਨਹੀਂ ਹਿਲਣ ਦੇਵਾਂਗੇ ਜਿਹੜਾ ਡੀਸੀ ਕਦੇ ਕਹਿੰਦਾ ਸੀਗਾ ਕਿ 44 ਲੱਖ ਦੀ ਕੋਈ ਸ਼ਕਤੀ ਨਹੀਂ ਰੋਕਣ ਦੇਵਾਂਗੇ ਕੋਈ ਸ਼ਕਤੀ ਦੇ ਕੇ ਨਹੀਂ ਆਉਣ ਦੇਵਾਂਗੇ ਆਹ ਦੇਖੋ 6ਵੇਂ ਦਿਨ ਕਿਵੇਂ ਪੈਰਾਂ ਤੇ ਆ ਕੇ ਡਿੱਗੀ ਹੈ ਸਭ ਤੋਂ ਪਹਿਲਾਂ ਉਹ ਜੈਕਾਰੇ ਨੂੰ ਬੁਲੰਦ ਕਰਾਂਗੇ जयकारे का जवाब उस बुलंद आवाज देवोंगे के इस समय दकूमतों पता लग जाएगा कि इन्ना सौखा नहीं इन्हों मैदान के बच्चों भजा देना दुनिया में एक गल दस देना चाहते हैं कि सच्चा सरदार कदे गदार नहीं हुंदा सच्चा सरदार अपनी कौम लई अपने लोकां लई सिर कटा सकता है अपनी जान कुर्बान कर सकता है पर अपने लोकां नाल अपनी कौम नाल कदे गदारी नहीं कर सकता ते गदार कदे सच्चा सरदार नहीं हो सकता ਸਮੇਂ ਦੇ ਚੇਤਿਆਂ ਚ ਸਮੇਂ ਨੇ ਹਰ ਗੱਲ ਤੈਅ ਕਰ ਦੇਣੀ ਹੁੰਦੀ ਹੈ ਕਿ ਕੌਣ ਸਹੀ ਹੈ ਤੇ ਕੌਣ ਗਲਤ ਹੈ ਇੱਕ ਗੱਲ ਆ ਉਹੀ ਦਿੱਲੀ ਦੀ ਸਟੇਜ ਹੈ ਉਹੀ ਮੇਰੇ ਲੋਕ ਨੇ ਉਹੀ ਸੰਯੁਕਤ ਮੋਰਚੇ ਦੇ ਆਗੂ ਨੇ ਤੇ ਉਹੀ ਲੱਖਾ ਸਥਾਨ ਹੈ मुकदमे भी दर्ज हो रूपोश भी होना पे पर दोबारा फिर आके मोर्चे ना जुड़े हैं मोर्चे ना जुड़न का इको एक मकसद है कि किसी भी हालात असी हर के नहीं जाना इतों तकरीबन 10 महीने का समा हो गया इन्होंने 10 महीनों के बड़े अपराध कराए ने मोर्चा सिखरां वल भी गया मोर्चे के ग्राउंड भी आई पर मोर्चा पैरों से खड़ा है बहुत बंदे भरत भुलेखा होंगे
मीडिया में यह प्रचार किया कि मोर्चा का खिंड गया जी, मोर्चे नो जवानी टुट गई जी, मोर्चा बंडिया गया जी, हुण उत्थे कोई है नहीं गा, कंध खत्म हो गया, लोगों के निराशा आ गई। सो किसी प्रकार की कोई निराशा नहीं। मैं सजा करता इतने मैं बुजुर्ग मिले हैं, ट्रालवा च बैठे तरगवा च बैठे बुजुर्गों मिलकर आए हैं, जिन्होंने 8-8 महीने हो गए, 9-9 महीने हो गए, कदे अपने घर का मूंह नहीं देखा जाके। सजा करता उन्हें बुजुर्गों उन्हें बापुआं उन्हें मामा उन्हें भैणों। ते नौजवानों साडे लिए बंगाल है कि साढ़े 80-80 साल के बापू, साढ़िया 90-90 साल दिया बेटे धरने बैठिया ने, ते जवानी साड़ी घर जाके बह गई है। क्यों बई कि असी मोर्चा फतेह कर लिया कि जंग जित ली, अज फिर उन्होंने गदारा के मोढ़िया से जाके चढ़ गए। जेडे गदारा ने सानू दिल्ली दिया बरूहों से लिया के बिठाया, जेडे गदारा की बदौलत साडा 600 किसान शहीद हो चुके, मजदूर शहीद हो चुके हैं, जिन्ना गदारा की बदौलत साड़ी आने वाली जिहड़ा पंजाब का भविख है, पंजाबी का भविख है, वो खत्म होने वाल वध रहा है। वो कौन गदार ने दसो भी, कौन गदार ने? ਅਸੀਂ
ਧੜਿਆਂ 'ਚ ਵੰਡੇ ਗਏ, ਸਿਆਸੀ ਪਾਰਟੀਆਂ 'ਚ ਵੰਡੇ ਗਏ। ਸ਼ਰਦੇ ਸਿਆਸੀ ਪਾਰਟੀਆਂ ਨੇ ਕੱਖ ਨਹੀਂ ਸਾਡਾ ਸਮਾਰਨਾ, ਨਾ ਪਹਿਲਾਂ ਸਮਾਰਿਆ। ਜਿੰਨੀਆਂ ਮਰਜ਼ੀ ਨਵੀਆਂ ਸਰਕਾਰਾਂ ਲੈ ਆਓ, ਜਿੰਨੀਆਂ ਮਰਜ਼ੀ ਲੀਡਰ ਬਦਲ ਕੇ ਦੇਖ ਲਓ, ਮੁੱਖ ਮੰਤਰੀ ਮੰਤਰੀ ਬਦਲ ਕੇ ਦੇਖ ਲਓ, ਸਾਡਾ ਭਲਾ ਨਹੀਂ ਹੋਣ ਵਾਲਾ, ਭੁੱਲ ਜਾਓ। ਇਹ ਨੰਗੇ ਤਲ ਹੋ ਕੇ ਲੜਨਾ ਪੈਣਾ, ਗੱਲ ਦਾ ਖਿਆਲ ਰੱਖਿਓ। ਅਖੀਰ ਦੇ ਉੱਤੇ ਮੈਂ ਇੱਕ ਹੋਰ ਬੇਨਤੀ ਜ਼ਰੂਰ ਕਰੂੰਗਾ, ਜਿੰਨੇ ਸਾਡੇ ਸਾਂਝੇ ਕਿਸਾਨ ਮੋਰਚੇ ਦੇ ਆਗੂ ਸਾਹਿਬਾਨ ਹੈ, ਉਹਨਾਂ ਨੂੰ ਅਪੀਲ ਕਰਨੀ ਚਾਹੁੰਦਾ, ਗੁਜ਼ਾਰਿਸ਼ ਕਰਨੀ ਚਾਹੁੰਦਾ, ਇਹ ਮੇਰੀ ਵੀ ਹੈ, ਪੂਰੇ ਇਸ ਅੰਦੋਲਨ ਲੜਦਾ ਹੈ, ਲੋਕਾਂ ਦੀ ਮੰਗ ਹੈ ਕਿ ਤੁਹਾਡੇ ਅੱਗੇ ਗੁਜ਼ਾਰਿਸ਼ ਕਰਦੇ ਹਾਂ ਕਿ ਸਾਡਾ ਕਈ ਵਾਰੀ ਇਹ ਨਾ ਸੋਚ ਲਿਓ ਕਿ ਸਟੇਜ ਤੋਂ ਆ ਕੇ ਪਤਾ ਨਹੀਂ ਕਿਹੋ ਜਿਹੀ ਗੱਲ ਕਰ ਦਿੰਦੇ ਆ। ਤੁਹਾਨੂੰ ਗੁਜ਼ਾਰਿਸ਼ ਕਰਦੇ ਆ ਵੀ ਕੋਈ ਨਾ ਕੋਈ ਹੁਣ ਕੋਈ ਠੋਸ ਤੇ ਵਧੀਆ ਪ੍ਰੋਗਰਾਮ ਦਿਓ। ਲੋਕ ਤੁਰਨ ਨੂੰ ਤਿਆਰ ਆ, ਲੋਕ ਆਉਣ ਨੂੰ ਤਿਆਰ ਹੈ। ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਆਉਂਦੇ ਆ ਤਾਂ ਉੱਥੇ ਇਹੀ ਗੱਲ ਹੁੰਦੀ ਹੈ, ਕਹਿੰਦੇ ਬਾਈ ਤੂੰ ਸੁਨੇਹਾ ਆ ਦੇ, ਪੈਰ ਜੁੱਤੀ ਨਹੀਂ ਪਾਉਣੇ, ਸਿੱਧੇ ਦਿੱਲੀ ਜਾਵਾਂਗੇ। ਤੇ ਭਰੋਸਾ ਅਸੀਂ ਇਹ ਦਿੰਦੇ ਹਾਂ ਤੁਹਾਨੂੰ ਕਿ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪਹਿਲੇ ਦਿਨ ਤੋਂ ਖੜੇ ਸੀ ਤੇ ਅੱਜ ਤੱਕ ਖੜੇ। ਸੋਈਆਂ ਮੇਰੀਆਂ ਬੇਨਤੀਆਂ ਸੀ, ਲਗਾਤਾਰ ਹੁਣ ਅਸੀਂ ਇੱਥੇ ਪੱਕੇ ਹੀ ਬਹਿ ਗਏ ਹਾਂ ਭਰਾਵੋ ਆ ਕੇ, ਔਰ ਸੋਈ ਢਾਬੇ ਕੋਲ ਸਾਡਾ ਤੰਬੂ ਅਸੀਂ ਲਾ ਲਿਆ। ਰਾਤ ਨੂੰ ਜਦੋਂ ਵੀ ਆਪਾਂ ਕਿਤੇ ਮਿਲਣਾ ਕਰਨਾ, ਜਿੰਨੇ ਆਪਣੇ ਤੰਬੂ ਲੱਗੇ ਹੋਏ ਨੇ ਸਾਰਿਆਂ ਕੋਲ, ਆਪਾਂ ਵਾਰੀ ਵਾਰੀ ਬੈਠ ਕੇ ਵਿਚਾਰਾਂ ਵੀ ਕਰਨੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਗਰੋਹ ਟੁੱਟੇ ਥੋੜ੍ਹਾ ਜਿਹਾ, ਜਿਹੜਾ ਆਪਣਾ ਅਗਲਾ ਪ੍ਰੋਗਰਾਮ ਤੇਜ਼ ਹੋਵੇ, ਮੋਰਚਾ ਤੇਜ਼ ਹੋਵੇ। ਦੇਖੋ ਮੁਜ਼ੱਫਰਨਗਰ ਨੇ ਤੇ ਕਰਨਾਲ ਨੇ ਦੁਬਾਰਾ ਰੂਹ ਫੂਕੀ ਹੈ, ਦੁਬਾਰਾ ਫਿਰ ਲੋਕਾਂ ਨੂੰ ਲੱਗਣ ਲੱਗਿਆ ਕਿ ਨਹੀਂ ਯਾਰ ਇਹਦਾ ਗਵਾਹੀ ਸੀਗੀਆਂ, ਮੋਰਚਾ ਕਿਤੇ ਨਹੀਂ ਗਿਆ, ਮੋਰਚਾ ਉੱਥੇ ਖੜਾ। ਸੋ ਆਓ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਸਾਂਝਾ ਫੈਸਲਾ ਲਈਏ ਤਾਂ ਕਿ ਸਰਕਾਰ ਨੂੰ ਸੇਕ ਲੱਗੇ, ਪਤਾ ਲੱਗੇ। ਜਿਹੜੀ ਸਰਕਾਰ ਹੁਣ ਤੱਕ ਇਹ ਗੱਲ ਹੀ ਕਰਦੀ ਰਹੀ ਕਿ ਕਾਨੂੰਨ ਤਾਂ ਸਹੀ ਹੈ, ਅਸੀਂ ਪਿਛਾਂਹ ਨਹੀਂ ਹਟਾਂਗੇ, ਇੱਕ ਤਰ੍ਹਾਂ ਦੇ ਨਾਲ ਉਹਨਾਂ ਦੇ ਮੋਰਚੇ ਨੂੰ ਅੰਦੋਲਨ ਨੂੰ ਅੱਖੋਂ ਪਰੋਖੀ ਕਰਤਾ ਸੀਗਾ ਵੀ ਛੱਡੋ ਜਾਂ ਗੱਲ ਹੀ ਨਹੀਂ ਕਰਨੀ। ਪਰ ਮੈਂ ਤੁਹਾਨੂੰ ਇਹ ਗੱਲ ਹੋਰ ਦੱਸ ਦਿੰਦਾ, ਅਖੀਰ ਦੇ ਉੱਤੇ ਜਦੋਂ ਮੇਰੀ ਜ਼ਮਾਨਤ ਹੋਈ ਨਾ ਤੇ ਮੇਰੀ ਕ੍ਰਾਈਮ ਬ੍ਰਾਂਚ ਦੇ ਵਿੱਚ 20 ਦਿਨ ਪੇਸ਼ੀ ਪਈ ਹੈ, ਇੱਕ ਦਿਨ ਛੱਡ ਕੇ ਬੁਲਾ ਲੈਂਦੇ ਸੀਗੇ, ਲੰਬੀ ਚੌੜੀ ਗੱਲਬਾਤ ਆਹ 10-10 ਘੰਟੇ ਮੇਰੇ ਨਾਲ ਕਰਦੇ ਸੀ ਤੇ ਉੱਥੇ ਗੱਲ ਪਤਾ ਕੀ ਨਿਕਲ ਕੇ ਆਈ ਹੈ, ਉੱਥੇ ACP DCP ਵੱਡੇ ਵੱਡੇ ਅਫਸਰ ਬੈਠੇ ਹੁੰਦੇ ਸੀ ਤਾਂ ਉਹਨਾਂ ਕੋਲੋਂ ਮੈਨੂੰ ਜਿਹੜੀ ਗੱਲ ਪਤਾ ਲੱਗੀ ਹੈ ਵੀ ਅੰਦਰ ਖਾਤੇ ਸਰਕਾਰ ਵੀ ਹਿੱਲੀ ਹੋਈ ਹੈ। ਉਹ ACP ਨੇ ਮੈਨੂੰ ਦੱਸਿਆ, ਕਹਿੰਦਾ ਇਹ ਅੰਦੋਲਨ ਸਰਕਾਰ ਦੇ ਗੱਲ ਦੀ ਹੱਡੀ ਬਣ ਚੁੱਕਿਆ ਹੈ, ਇਹ ਸਾਨੂੰ ਭੁਲੇਖਾ ਵੀ ਸਰਕਾਰ ਤਾਂ ਗੱਲ ਨਹੀਂ ਕਰਦੀ, ਮੈਨੂੰ ਵਾਲੇ ਗੱਲ ਤਾਂ ਕਿਉਂ ਨਹੀਂ ਸਕਦੀ, ਇਹ ਸਾਨੂੰ ਲੱਗਦਾ ਹੁੰਦਾ ਅੰਦਰੋਂ ਵੀ ਹਿੱਲੇ ਹੋਏ ਨੇ, ਡਰੇ ਹੋਏ ਨੇ, ਕੰਬੇ ਹੋਏ ਨੇ। ਸੋ ਹੌਸਲੇ 'ਚ ਰਿਹਾ, ਮਜ਼ਬੂਤ ਰਿਹਾ, ਦ੍ਰਿੜਤਾ ਦੇ ਨਾਲ, ਸਬਰ ਦੇ ਨਾਲ, ਕੋਈ ਗੱਲ ਨਹੀਂ, ਜਿੱਤੇ ਬਣਾ ਜਾਂ ਜੋ ਮਰਜ਼ੀ ਹੋ ਜਾਏ ਅਸੀਂ ਵਾਪਸ ਨਹੀਂ ਜਾਣਾ। ਸਾਡਾ ਇਤਿਹਾਸ ਹੈ, ਇਹ ਫੈਸਲਾ ਤੁਹਾਡੇ ਹੱਥ ਦਾ ਭਰਾਵੋ।